ਕਹਿੰਦਾ ਹੰਟ ਮਾਰਕੀਟ ਚ ਬੈਗ ਲਾ ਕੇ ਚੇਤਾ ਆ ਗਿਆ ਇਤੋਂ 20 ਸਾਲ ਪੁਰਾਣੇ ਪੰਜਾਬ ਦਾ ਮੱਕੀ ਦੀਆਂ ਰੋਟੀਆਂ ਗਰਮ ਕਰਦਾ ਸੀ ਤੇ ਨਾਲ ਤੜਕਾ ਲੱਗਿਆ ਸੀ ਸਾਗ ਦਾ ਇਹ ਪੁਰਾਣੇ ਪੰਜਾਬ ਤੇ ਬਾਈ ਆਪਾਂ ਲਿਖਿਆ ਸੀ ਜਿਹੜਾ ਅੱਜ ਤੋਂ 20 ਸਾਲ ਪਹਿਲਾਂ ਸੀ ਕਹਿੰਦਾ ਮਰਸੜੀ ਬੈਂਜੜਾ ਕਿਸੇ ਨੇ ਸੁਪਨਾ ਨਹੀਂ ਵੇਖਿਆ ਤੇ ਘੁੰਮਦੀ ਸੜਕਾਂ ਦੇ ਰੋਡਵੇਜ ਦੀ ਲਾਰੀ ਹੁੰਦੀ ਸੀ ਚਿੱਟੇ ਸਕਾਟ 3600 ਫੁੱਟ ਤੇ 6611 ਦੀ ਉਹਨਾਂ ਵੇਲਿਆਂ ਚ ਸਰਦਾਰੀ ਹੁੰਦੀ ਸੀ ਟੋਜਨਾਂ ਦੇ ਪੰਗੇ ਹੈ ਨਹੀਂ ਸੀ ਹੜਾਂ ਤੇ ਤਵੀਆਂ ਤੇ ਪਤਾ ਲੱਗਦਾ ਸੀ ਟਰੈਕਟਰਾਂ ਦੀ ਜਾਨ ਦਾ ਦਗਾਣਾ ਜੋੜੀਆਂ ਦੇ ਵਿੱਚ ਨੰਬਰ ਹੁੰਦਾ ਸੀ ਅਵਤਾਰ ਚੌਂਕਦਾ ਤੇ ਅਮਰੀਕ ਤੂਫਾਨ ਦਾ 7.5 ਦੀ ਹਾਈ ਹੈਡ ਪੱਟ ਪੱਟ ਕੇ ਸਿੱਟਦੀ ਸੀ ਰੇਤਾ ਤੇ ਮਸਾਂ 25 ਕੁ ਫੁੱਟ ਦਾ ਉਦੋਂ ਪਾੜ ਹੁੰਦਾ ਸੀ ਬਨੇਰਿਆਂ ਤੇ ਖੜ ਕੇ ਵੇਹਦੇ ਸੀ ਲੋਕੀ ਰਲਿਆਲੇ ਵਾਲਿਆ ਕੌਡੀਆਂ ਪਾਉਂਦਾ ਹਰਜੀਤ ਬਰਾੜ ਹੁੰਦਾ ਸੀ ਰੇਡਾਂ ਪਾਉਂਦਾ ਹਰਜੀਤ ਬਰਾੜ ਹੁੰਦਾ ਸੀ ਕਰਦਾ ਉਹ ਬਾਈ ਇੱਕ ਕਹਿ ਕੇ ਗਿਆ ਸੀ ਕਹਿੰਦਾ ਸੰਤਾਂ ਦਾ ਲਾਰੀ ਯਾਰ ਆਉਣ ਦਿਆਂ ਕਹਿੰਦਾ ਭੁੱਲਣਾ ਨੀ ਸ਼ੇਰ ਪਿੰਡਰਾਂ ਵਾਲਾ ਸਾਨੂੰ ਸ਼ਹੀਦੀ ਕੌਮ ਲਈ ਦੇ ਗਿਆ ਗੱਜ ਕੇ ਵਰਤੀਆਂ ਗੋਲੀਆਂ ਚ ਸਿੰਘ ਦਸ਼ਮੇਸ਼ ਦਾ ਭੱਜਿਆ ਨੀ ਹਰਿਮੰਦਰ ਨੂੰ ਛੱਡ ਕੇ ਝੁਕਿਆ ਨੀ ਵੈਰੀ ਅੱਗੇ ਸੂਰਮਾ ਕੌਮ ਦਾ ਵੇਂਦਾ ਰਿਹਾ ਅੱਖਾਂ ਕੱਢ ਕੇ ਸਿੱਖੀ ਨੂੰ ਮਕਾਉਣ ਲਈ ਉੱਠੇ ਜਿਹੜੇ ਜਿਹੜੇ ਉਹਨੇ ਸਿੱਟੇ ਲੱਦ ਲੱਦ ਕੇ ਕਹਿੰਦੇ ਘਾਉਂਦੇ ਅਫਸਰ ਨੂੰ ਵੀ ਤੱਕ ਕੇ ਛੱਡਦਾ ਸੀ ਪਾਲਾ ਸੱਚਾ ਸੁੱਚਾ ਬੰਦਾ ਸੀ ਜਰਨੈਲ ਸਿੰਘ ਪਿੰਡਰਾਂ ਵਾਲਾ ਸਿੱਖੀ ਦੇ ਰਸਤੇ ਤੇ ਤੋਰਿਆ ਉਹਨੇ ਪੰਜਾਬ ਦੀ ਜਵਾਨੀ ਨੂੰ ਸਦਾ ਚੇਤੇ ਰੱਖਾਂਗੇ ਰੰਡਿਆਲੇ ਵਾਲਿਆ ਬੱਬਰ ਸ਼ੇਰ ਦੀ ਕੁਰਬਾਨੀ ਨੂੰ ਬੱਬਰ ਸ਼ੇਰ ਦੀ ਕੁਰਬਾਨੀ ਨੂੰ ਬੜੀਆਂ ਸਰਕਾਰਾਂ ਆ ਗਈਆਂ ਤੇ ਬੜੀਆਂ ਜਾਣਗੀਆਂ ਪਰ ਰੇੜਕਾ ਕਸ਼ਮੀਰ ਦਾ ਅਜੇ ਤੱਕ ਮੁੱਕਿਆ ਨਹੀਂ ਬੜੀਆਂ ਸਰਕਾਰਾਂ ਆਈਆਂ ਤੇ ਬੜੀਆਂ ਗਈਆਂ ਪਰ ਰੇੜਕਾ ਕਸ਼ਮੀਰ ਦਾ ਅਜੇ ਤੱਕ ਮੁੱਕਿਆ ਨਹੀਂ ਆਲੂਆਂ ਨੇ ਤੇ ਟਰੱਕਾਂ ਨੇ ਜਿਹੜਾ ਚੋਪੜਿਆ ਨਾ ਰੰਡਿਆਲੇ ਵਾਲਿਆ ਹਜੇ ਤੱਕ ਉੱਠਿਆ ਨਹੀਂ ਕਹਿੰਦਾ ਅੱਜ ਰੇਂਜ ਰੋਵਰਾਂ ਚ ਬਹਿ ਕੇ ਖੁਸ਼ ਨਹੀਂ ਤੇ ਉਹ ਵੀ ਟਾਈਮ ਸੀ ਜਦੋਂ ਸਕੂਲੇ ਜਾ ਕੇ ਕਹਿੰਦੇ ਸੀ ਸਾਈਕਲ ਮੇਰੇ ਕੋਲੇ ਹੀਰੋ ਆ ਹੀਰੋ ਸਾਈਕਲ ਦੀ ਝੰਡੀ ਹੁੰਦੀ ਸੀ ਨਾ ਤਾੜੀ ਮਾਰ ਦਿਓ ਮੇਰਾ ਬਾਈ 15 ਸਾਲ ਪਹਿਲਾਂ ਹੁਣ ਤਾਂ ਮੋਟਰਸਾਈਕਲ ਗੱਲਾਂ ਹੋਰ ਹੋ ਗਈਆਂ ਕਹਿੰਦਾ ਅੱਜ ਰੇਂਜ ਰੋਵਰਾਂ ਚ ਬਹਿ ਕੇ ਖੁਸ਼ ਨਹੀਂ ਉਹ ਵੀ ਟਾਈਮ ਸੀ ਜਦੋਂ ਸਕੂਲੇ ਜਾ ਕੇ ਕਹਿੰਦੇ ਸੀ ਸਾਈਕਲ ਮੇਰੇ ਕੋਲੇ ਹੀਰੋ ਆ ਟੋਪੀ ਭਾਵੇਂ ਟੋਮੀ ਦੀ ਹੋਵੇ ਰੰਡਿਆਲੇ ਵਾਲਿਆ ਪੱਗ ਦੇ ਮੂਹਰੇ ਜੀਰੋ ਆ।